ਵੀਡੀਓ ਦਾ ਟਾਈਟਲ ਤੁਸੀਂ ਹੁਣੇ ਪੜ ਹੀ ਲਿਆ ਹੋਵੇਗਾ ਕਿ ਝੂਠ ਬੋਲਣਾ ਚਾਹੀਦਾ ਹੈ ਝੂਠ ਬੋਲਣਾ ਮਾੜੀ ਗੱਲ ਨਹੀਂ ਹੈ ਹੁਣ ਕਈਆਂ ਨੇ ਨਾ ਕੇਵਲ ਇਸ ਟਾਈਟਲ ਨੂੰ ਪੜਿਆ ਹੋਵੇਗਾ ਤੇ ਨੀਚੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਹੋਵੇਗੀ ਪਰ ਜਿਹੜੇ ਤੁਸੀਂ ਇਸ ਵੀਡੀਓ ਨੂੰ ਸੁਣਨ ਵਾਸਤੇ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸੋ ਜਿਹੜਾ ਇਹ ਟਾਈਟਲ ਮੈਂ ਦਿੱਤਾ ਇਹ ਮੈਂ ਕਿਉਂ ਦਿੱਤਾ ਕਾਰਨ ਕੀ ਹੈ ਇਹਦੇ ਪਿੱਛੇ ਇਹ ਗੱਲ ਬਿਲਕੁਲ ਸੱਚੀ ਹੈ ਕਿ ਝੂਠ ਬੋਲ ਲੈਣਾ ਚਾਹੀਦਾ ਹੈ ਝੂਠ ਬੋਲਣਾ ਮਾੜੀ ਗੱਲ ਨਹੀਂ ਹੈ ਪਰ ਜਦੋਂ ਤੁਸੀਂ ਝੂਠ ਬੋਲਣਾ ਹੈ ਨਾ ਉਥੇ ਪਰ ਲਾਇਓ ਝੂਠ ਬੋਲ ਲੈਣਾ ਚਾਹੀਦਾ ਹੈ ਝੂਠ ਬੋਲਣਾ ਮਾੜੀ ਗੱਲ ਨਹੀਂ ਹੈ ਪਰ ਤੁਹਾਡੀ ਜਿਹੜੀ ਇੰਟੈਂਸ਼ਨ ਹੋਵੇ ਨਾ ਉਹ ਇੰਟੈਂਸ਼ਨ ਮਾੜੀ ਨਹੀਂ ਹੋਣੀ ਚਾਹੀਦੀ ਉਹ ਇੰਟੈਂਸ਼ਨ ਚੰਗੀ ਹੋਣੀ ਚਾਹੀਦੀ ਹੈ ਤਾਂ ਤੁਹਾਡਾ ਝੂਠ ਬੋਲਿਆ ਪ੍ਰਵਾਨ ਹੈ ਜੇ ਤੁਹਾਡੀ ਇੰਟੈਂਸ਼ਨ ਮਾੜੀ ਹੋਵੇਗੀ ਨਾ ਤੇ ਫਿਰ ਤੁਹਾਡਾ ਝੂਠ ਬੋਲਿਆ ਪ੍ਰਵਾਨ ਨਹੀਂ ਹੈ ਇੱਕ ਐਗਜ਼ਾਮਪਲ ਦਿੰਨਾ ਗੱਲ ਸੌਖਿਆ ਸਮਝ ਆ ਜਾਵੇਗੀ ਮੰਨ ਲਓ ਇੱਕ ਸੁੰਸਾਨ ਜੀ ਸੜਕ ਹੈ ਰਾਤ ਦੇ 12 ਵਜੇ ਹੋਏ ਨੇ ਤੁਸੀਂ ਸੜਕ ਦੇ ਉੱਤੇ ਖਲੋਤੇ ਹੋਏ ਹੋ ਤੇ ਇੱਕ ਲੜਕੀ ਜਿਹੜੀ ਹੈ ਨਾ ਉਹ ਤੁਹਾਡੇ ਸਾਹਮਣੇੋਂ ਭੱਜਦੀ ਹੋਈ ਨਿਕਲਦੀ ਹੈ ਤੇ ਇੱਕ ਘਰ ਦੇ ਵਿੱਚ ਵੜ ਜਾਂਦੀ ਹੈ ਘਰ ਦਾ ਬੂਹਾ ਖੁੱਲਾ ਹੋਇਆ ਸੀਗਾ ਘਰ ਦੇ ਵਿੱਚ ਉਹ ਵੜ ਗਈ ਪਿੱਛੋਂ ਦੀ ਇੱਕ ਬੰਦਾ ਆ ਰਿਹਾ ਹੈ ਜਿਹਦੇ ਹੱਥ ਦੇ ਵਿੱਚ ਚਾਕੂ ਹੈ ਉਸ ਲੜਕੀ ਦੇ ਪਿੱਛੇ-ਪਿੱਛੇ ਭੱਜਦਾ ਆ ਰਿਹਾ ਹੈ ਤੇ ਕਾਫੀ ਜ਼ਿਆਦਾ ਫਾਸਲਾ ਹੈ ਦੋਨਾਂ ਦਾ ਜਦੋਂ ਉਹ ਲੜਕੀ ਘਰ ਦੇ ਵਿੱਚ ਵੜ ਜਾਂਦੀ ਹੈ ਨਾ ਹਨੇਰਾ ਉਹ ਪਿੱਛੋਂ ਜਿਹੜਾ ਭੱਜਦਾ ਆ ਰਿਹਾ ਸੀਗਾ ਉਹਨੂੰ ਪਤਾ ਨਹੀਂ ਹੈ ਕਿ ਲੜਕੀ ਘਰ ਦੇ ਵਿੱਚ ਵੜੀ ਹੈ ਤੁਸੀਂ ਮੋੜ ਦੇ ਉੱਤੇ ਖਲੋਤੇ ਹੋਏ ਹੋ ਤੇ ਉਹ ਬੰਦਾ ਭੱਜਦਾ ਭੱਜਦਾ ਆਇਆ ਤੇ ਉਹਨੇ ਆ ਕੇ ਤੁਹਾਨੂੰ ਪੁੱਛਿਆ ਕਿ ਇੱਥੋਂ ਇੱਕ ਲੜਕੀ ਜਿਹੜੀ ਹੈ ਉਹ ਭੱਜਦੀ ਹੋਈ ਨਿਕਲੀ ਹੈ ਕਿੱਧਰ ਨੂੰ ਗਈ ਹੈ ਉਹ ਹੁਣ ਜਦੋਂ ਉਸ ਬੰਦੇ ਨੇ ਤੁਹਾਨੂੰ ਪੁੱਛਿਆ ਜੇ ਤੇ ਤੁਸੀਂ ਉਥੇ ਸੱਚ ਬੋਲੋ ਕਿ ਜੀ ਇਹ ਫਲਾਣੇ ਘਰ ਦੇ ਵਿੱਚ ਵੜ ਗਈ ਆ ਉਹ ਜਾ ਕੇ ਤੇ ਹੋਏਗਾ ਕੀ ਤੁਹਾਡਾ ਉਹ ਜਿਹੜਾ ਸੱਚ ਬੋਲਿਆ ਹੋਇਆ ਹੈ ਨਾ ਉਸ ਲੜਕੀ ਦੇ ਨਾਲ ਕਿੰਨਾ ਕੁਝ ਉਹ ਮਾੜਾ ਕਰਵਾ ਸਕਦਾ ਹੈ ਹੋ ਸਕਦਾ ਉਸ ਲੜਕੀ ਦਾ ਰੇਪ ਹੋ ਜਾਵੇ ਹੋ ਸਕਦਾ ਹੈ ਉਸ ਲੜਕੀ ਦਾ ਕਤਲ ਕਰ ਦਵੇ ਉਹ ਵੈਸ਼ੀ ਬੰਦਾ ਹੋ ਸਕਦਾ ਹੈ ਨਾ ਪਰ ਤੁਸੀਂ ਕਹੋ ਵੇਖੋ ਜੀ ਸੱਚ ਬੋਲਣਾ ਚਾਹੀਦਾ ਸਾਨੂੰ ਤੇ ਇਹ ਗੱਲਾਂ ਸਿਖਾਈਆਂ ਗਈਆਂ ਨੇ ਕਦੀ ਵੀ ਝੂਠ ਨਾ ਬੋਲੋ ਹਮੇਸ਼ਾ ਸੱਚ ਬੋਲਣਾ ਚਾਹੀਦਾ ਪਰ ਜੇ ਤੁਸੀਂ ਉੱਥੇ ਸੱਚ ਬੋਲੋਗੇ ਤੇ ਹੋਏਗਾ ਕੀ ਉਸ ਲੜਕੀ ਦਾ ਕਿੰਨਾ ਨੁਕਸਾਨ ਹੋਵੇਗਾ ਉਹਦਾ ਰੇਪ ਹੋ ਜਾਵੇਗਾ ਉਹਦਾ ਕਤਲ ਹੋ ਜਾਵੇਗਾ ਉਹ ਵਿਚਾਰੀ ਮਰ ਜਾਵੇਗੀ ਉਹ ਵੈਸ਼ੀ ਦਰਿੰਦਾ ਜਿਹੜਾ ਹੈ ਉਹਦੇ ਨਾਲ ਪਤਾ ਨਹੀਂ ਕੀ ਕੁਝ ਕਰੇਗਾ ਕਰੇਗਾ ਨਾ ਔਰ ਜੇ ਤੁਸੀਂ ਉੱਥੇ ਝੂਠ ਬੋਲਦੇ ਹੋ ਉਹ ਰਾਖਸ਼ ਆ ਕੇ ਤੁਹਾਨੂੰ ਪੁੱਛੇ ਕਿ ਉਹ ਲੜਕੀ ਕਿੱਥੇ ਹੈ ਤੇ ਤੁਸੀਂ ਉਸ ਸਮੇਂ ਕਹਿ ਦਿਓ ਉਹ ਤਾਂ ਜੀ ਸਿੱਧਾ ਅੱਗੇ ਭੱਜ ਗਈ ਹੈ ਤੁਹਾਨੂੰ ਪਤਾ ਹੈ ਕਿ ਉਹ ਲੜਕੀ ਉਸ ਫਲਾਣੇ ਘਰ ਦੇ ਵਿੱਚ ਛੁਪੀ ਹੋਈ ਹੈ ਪਰ ਤੁਸੀਂ ਝੂਠ ਬੋਲ ਦਿੱਤਾ ਉੱਥੇ ਕਿ ਉਹ ਲੜਕੀ ਜਿਹੜੀ ਹੈ ਨਾ ਉਹ ਸਿੱਧਾ ਹੀ ਭੱਜ ਗਈ ਹੈ ਹੋਇਆ ਕੀ ਕਿ ਉਹ ਰਾਖਸ਼ ਜਿਹੜਾ ਉਹ ਵੀ ਉਧਰੋਂ ਨਿਕਲ ਗਿਆ ਸਿੱਧਾ ਉਹ ਵੀ ਅੱਗੇ ਭੱਜ ਗਿਆ ਲੜਕੀ ਨੂੰ ਲੱਭਦਾ ਹੋਇਆ ਪਰ ਤੁਸੀਂ ਲੜਕੀ ਨੂੰ ਬਚਾ ਲਿਆ ਬਚਾ ਲਿਆ ਨਾ ਬੋਲਿਆ ਕੀ ਸੱਚ ਬੋਲਿਆ ਨਹੀਂ ਝੂਠ ਬੋਲਿਆ ਤੁਹਾਡੀ ਜ਼ੁਬਾਨ ਝੂਠ ਬੋਲਦੀ ਪਈ ਸੀ ਉਸ ਸਮੇਂ ਪਰ ਤੁਹਾਡੀ ਇੰਟੈਂਸ਼ਨ ਜਿਹੜੀ ਸੀ ਨਾ ਉਹ ਚੰਗੀ ਸੀਗੀ ਤੁਹਾਡੀ ਇੰਟੈਂਸ਼ਨ ਇਹ ਸੀ ਕਿ ਮੈਂ ਲੜਕੀ ਨੂੰ ਬਚਾਉਣਾ ਹੈ ਤੇ ਤੁਸੀਂ ਝੂਠ ਬੋਲ ਕੇ ਉਸ ਲੜਕੀ ਨੂੰ ਬਚਾ ਲਿਆ ਸੋ ਮੈਂ ਤਾਂ ਕਹਿੰਦਾ ਵਾਂ ਕਿ ਜਦੋਂ ਕਿਸੇ ਦਾ ਭਲਾ ਕਰਨਾ ਹੋਵੇ ਨਾ ਕਿਸੇ ਦੇ ਨਾਲ ਕੋਈ ਚੰਗਿਆਈ ਕਰਨੀ ਹੋਵੇ ਜੇ ਉਥੇ ਤੁਹਾਨੂੰ ਝੂਠ ਬੋਲਣਾ ਵੀ ਪੈ ਜਾਵੇ ਤੇ ਉਹ ਝੂਠ ਬੋਲਣਾ ਮੜਾ ਨਹੀਂ ਹੈ ਉਹ ਚੰਗਾ ਹੈ ਪਰ ਐਸਾ ਵੀ ਹੋ ਸਕਦਾ ਤੁਸੀਂ ਆਪਣੀ ਜ਼ੁਬਾਨ ਤੋਂ ਜੇਕਰ ਉਥੇ ਸੱਚ ਬੋਲ ਦਿੰਦੇ ਠੀਕ ਹੈ ਨਾ ਲੜਕੀ ਪ੍ਰੋਬਲਮ ਦੇ ਵਿੱਚ ਤੁਸੀਂ ਕਹੋ ਜੀ ਮੈਂ ਤਾਂ ਸੱਚ ਹੀ ਬੋਲਾਂਗਾ ਉਹ ਤੁਹਾਡਾ ਸੱਚ ਬੋਲਿਆ ਹੋਇਆ ਕਿੱਡਾ ਵੱਡਾ ਨੁਕਸਾਨ ਕਰਵਾ ਦਿੰਦਾ ਸੋ ਇਹ ਜ਼ਰੂਰੀ ਨਹੀਂ ਹੈ ਕਿ ਹਮੇਸ਼ਾ ਸੱਚ ਹੀ ਸਾਨੂੰ ਬੋਲਣਾ ਚਾਹੀਦਾ ਸੱਚ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਇਹ ਸਭ ਬੇਕਾਰ ਦੀਆਂ ਗੱਲਾਂ ਨੇ ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਸਾਡੀ ਇੰਟੈਂਸ਼ਨ ਕੀ ਹੈ ਤੁਹਾਡੀ ਇੰਟੈਂਸ਼ਨ ਜਿਹੜੀ ਹੈ ਨਾ ਉਹ ਸੱਚ ਵਾਲੀ ਹੋਣੀ ਚਾਹੀਦੀ ਹੈ ਉਹ ਝੂਠ ਵਾਲੀ ਨਹੀਂ ਹੋਣੀ ਚਾਹੀਦੀ ਜ਼ੁਬਾਨ ਤੋਂ ਭਾਵੇਂ ਝੂਠ ਬੋਲੋ ਜਾਂ ਸੱਚ ਬੋਲੋ ਉਹ ਇੱਕ ਵੱਖਰਾ ਸਬਜੈਕਟ ਹੈ ਪਰ ਮੇਨ ਜਿਹੜਾ ਫੋਕਸ ਕਰਨਾ ਹੈ ਨਾ ਤੁਹਾਡੀ ਇੰਟੈਂਸ਼ਨ ਜਿਹੜੀ ਹੋਵੇ ਉਹ ਹਮੇਸ਼ਾ ਸੱਚ ਵਾਲੀ ਹੋਵੇ ਉਹ ਹਮੇਸ਼ਾ ਚੰਗੀ ਹੋਵੇ ਉਹ ਹਮੇਸ਼ਾ ਇਮਾਨਦਾਰੀ ਵਾਲੀ ਹੋਵੇ ਠੀਕ ਹੈ ਨਾ ਤੁਹਾਡੀ ਇੰਟੈਂਸ਼ਨ ਐਸੀ ਹੋਵੇ ਕਿ ਮੈਂ ਕਦੀ ਵੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਨਾ ਮੈਂ ਕਿਸੇ ਦਾ ਨੁਕਸਾਨ ਕਰਨਾ ਨਾ ਮੈਂ ਆਪਣਾ ਨੁਕਸਾਨ ਹੋਣ ਦੇਣਾ ਠੀਕ ਹੈ ਐਸੀ ਇੰਟੈਂਸ਼ਨ ਲੈ ਕੇ ਚੱਲੋ ਭਾਵੇਂ ਜ਼ੁਬਾਨ ਤੋਂ ਤੁਸੀਂ ਝੂਠ ਵੀ ਬੋਲਦੇ ਪਏ ਹੋ ਉਹ ਤੁਹਾਡਾ ਝੂਠ ਵੀ ਜਿਹੜਾ ਹੈ ਨਾ ਉਹ ਪਰ ਵਾਨ ਹੈ ਉਹ ਵਧੀਆ ਹੈ ਪਰ ਜੇ ਤੁਸੀਂ ਸੱਚ ਬੋਲ ਰਹੇ ਹੋ ਤਾਂ ਤੁਹਾਡੀ ਇੰਟੈਂਸ਼ਨ ਮਾੜੀ ਹੈ ਤੇ ਐਸੇ ਸੱਚ ਤੁਸੀਂ ਭਾਵੇਂ ਕਰੋੜਾਂ ਹੀ ਕਿਉਂ ਨਾ ਬੋਲ ਲਓ ਉਹਦਾ ਕੋਈ ਫਾਇਦਾ ਨਹੀਂ ਹੈ ਉਹਦਾ ਕੋਈ ਫਾਇਦਾ ਨਹੀਂ ਹੈ ਉਹ ਕਰੋੜਾਂ ਸੱਚ ਵੀ ਜਿਹੜੇ ਨੇ ਨਾ ਉਹ ਬਹੁਤ ਵੱਡੇ ਝੂਠ ਨੇ ਅਸਲ ਦੇ ਵਿੱਚ ਕਿਉਂਕਿ ਉਹਦੇ ਨਾਲ ਕਿਸੇ ਦਾ ਨੁਕਸਾਨ ਹੋਵੇਗਾ ਕਿਸੇ ਦੀ ਬਰਬਾਦੀ ਹੋਵੇਗੀ ਸੋ ਆਓ ਆਪਣੀ ਇੰਟੈਂਸ਼ਨ ਜਿਹੜੀ ਹੈ ਉਹ ਸੱਚ ਵਾਲੀ ਬਣਾਓ ਤੇ ਇਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਜੀਓ ਇੱਕ ਬੇਨਤੀ ਇੱਥੇ ਮੈਂ ਹੋਰ ਕਰਨੀ ਚਾਹੁੰਦਾ ਮੈਂ ਆਪਣਾ ਨਵਾਂ YouTube ਚੈਨਲ ਜਿਹੜਾ ਹੈ ਨਾ ਉਹ ਸ਼ੁਰੂ ਕੀਤਾ ਇੱਕ ਤਾਂ ਆਹ ਚੈਨਲ ਹੈ ਜਿੱਥੇ ਤੁਸੀਂ ਇਹ ਵੀਡੀਓ ਵੇਖਦੇ ਪਏ ਹੋ ਬਲਜੀਤ ਸਿੰਘ ਦਿੱਲੀ ਇੱਕ ਹੋਰ ਚੈਨਲ ਮੈਂ ਸ਼ੁਰੂ ਕੀਤਾ ਜਿਹਦਾ ਨਾਮ ਹੈ ਵਲੌਗਰ ਭਾਜੀ ਉੱਥੇ ਮੈਂ ਵਲੌਗਿੰਗ ਦੀਆਂ ਵੀਡੀਓਜ਼ ਜਿਹੜੀਆਂ ਨੇ ਨਾ ਉਹ ਪਾਉਂਦਾ ਵਾਂ ਫੈਮਿਲੀ ਵਲੌਗਸ ਬਣਾਉਂਦਾ ਵਾਂ ਤੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਇਹ ਕੋਰੋਨਾ ਦਾ ਦੌਰ ਜਿਹੜਾ ਹੈ ਉਹ ਖਤਮ ਹੋ ਜਾਵੇ ਤੇ ਉਸ ਤੋਂ ਬਾਅਦ ट्रैवलिंग ਵੀਡੀਓਜ਼ ਵੀ ਜਿਹੜੀਆਂ ਨੇ ਉਹ ਮੈਂ ਬਣਾਵਾਂਗਾ ਸੋ ਜੇ ਤੁਸੀਂ ਮੇਰੀਆਂ ਉਹ ਵੀਡੀਓਜ਼ ਵੀ ਵੇਖਣੀਆਂ ਹੋਣ ਤੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮੇਰੇ ਦੂਸਰੇ ਚੈਨਲ ਦਾ ਲਿੰਕ ਹੈ ਚੈਨਲ ਦਾ ਨਾਮ ਮੈਂ ਫਿਰ ਦੱਸ ਦਿੰਨਾ ਵਲੌਗਰ ਭਾਜੀ ਉਹਨਾਂ ਵੀਡੀਓਜ਼ ਨੂੰ ਵੀ ਜਾ ਕੇ ਤੁਸੀਂ ਵੇਖੋ ਜੇ ਤੁਹਾਨੂੰ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਲਾਈਕ ਕਰਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਦਬਾ ਦਿਓ ਉੱਥੇ ਜਾ ਕੇ ਵੀ ਤਾਂ ਕਿ ਰੋਜ਼ਾਨਾ ਨੋਟੀਫਿਕੇਸ਼ਨ ਜਿਹੜੀ ਆ ਤੁਹਾਨੂੰ ਆਉਂਦੀ ਰਵੇ ਹੁਣ ਜਦੋਂ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਉਸ ਚੈਨਲ ਤੇ ਜਾਣਗੇ ਤੇ ਕਈਆਂ ਨੇ ਨਾ ਬਾਅਦ ਚ ਕਮੈਂਟ ਕਰਨੇ ਨੇ ਆ ਕੇ ਇੱਥੇ ਕਿ ਜੀ ਭਾਜੀ ਤੁਹਾਨੂੰ ਉਹ ਕੰਮ ਕਰਨ ਦੀ ਕੀ ਲੋੜ ਐ ਤੁਸੀਂ ਬਸ ਆ ਕਥਾ ਵਾਲੀਆਂ ਵੀਡੀਓਜ਼ ਬਣਾਇਆ ਕਰੋ ਇਹ ਠੀਕ ਐ ਤੁਹਾਡੇ ਵਾਸਤੇ ਉਹ ਤੁਹਾਨੂੰ ਕਰਨ ਦੀ ਲੋੜ ਨਹੀਂ ਵੇਖੋ ਉਹ ਮੇਰਾ ਪਰਸਨਲ ਮੈਟਰ ਐ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਐ ਤੇ ਕੀ ਨਹੀਂ ਕਰਨਾ ਮੈਨੂੰ ਉਹ ਵੀਡੀਓਜ਼ ਬਣਾਉਣੀਆਂ ਚੰਗੀਆਂ ਲੱਗ ਰਹੀਆਂ ਨੇ ਮੈਂ ਆਪਣੀਆਂ ਮੈਮਰੀਜ਼ ਜਿਹੜੀਆਂ ਨੇ ਉਹ ਇਕੱਠੀਆਂ ਕਰਦਾ ਪਿਆਵਾਂ ਠੀਕ ਹੈ ਨਾ ਉਹਦੇ ਵਿੱਚ ਮੇਰਾ ਬੇਟਾ ਵੀ ਆਉਂਦਾ ਵੀਡੀਓਜ਼ ਦੇ ਵਿੱਚ ਮੇਰੀ ਬਾਕੀ ਫੈਮਿਲੀ ਵੀ ਆਉਂਦੀ ਹੈ ਹੁਣ ਮੰਨ ਲਓ ਅੱਜ ਬੇਟਾ 2 ਸਾਲ ਦਾ ਹੋਣ ਵਾਲਾ ਹੈ ਤੇ ਜਦੋਂ ਉਹ 10 ਸਾਲ ਦਾ ਹੋਏਗਾ 15 ਸਾਲ ਦਾ ਹੋਏਗਾ ਜਦੋਂ ਉਹ ਵੀਡੀਓਜ਼ ਵੇਖੇਗਾ ਤੇ ਹੋ ਸਕਦਾ ਉਦੋਂ ਬੜਾ ਖੁਸ਼ ਹੋਵੇ ਅਸੀਂ ਵੀ ਅੱਜ ਤੋਂ ਜਦੋਂ 5 ਸਾਲ ਬਾਅਦ 10 ਸਾਲ ਬਾਅਦ ਇਹਨਾਂ ਵੀਡੀਓਜ਼ ਨੂੰ ਵੇਖਾਂਗੇ ਸਾਨੂੰ ਵੀ ਵਧੀਆ ਲੱਗੇਗਾ ਵੀ ਅਸੀਂ ਪਹਿਲਾਂ ਇਦਾਂ-ਇਦਾਂ ਕਰਦੇ ਹੁੰਦੇ ਸੀਗੇ ਠੀਕ ਹੈ ਨਾ ਸੋ ਮੈਂ ਆਪਣੀ ਖੁਸ਼ੀ ਵਾਸਤੇ ਉਹ ਵੀਡੀਓਜ਼ ਬਣਾ ਰਿਆਂ ਤੇ ਤੁਸੀਂ ਆ ਕੇ ਇੱਥੇ ਇਹ ਕਮੈਂਟ ਨਾ ਕਰਨ ਲੱਗ ਪਿਓ ਕਿ ਉਹ ਵੀਡੀਓਜ਼ ਕਿਉਂ ਬਣਾਉਣ ਲੱਗ ਪਏ ਮੇਰੀ ਮਰਜ਼ੀ ਹੈ ਜੀ ਮੈਂ ਸਾਰਾ ਕੁਝ ਲੋਕਾਂ ਦੇ ਪਿੱਛੇ ਲਾ ਕੇ ਤੇ ਨਹੀਂ ਨਾ ਕਰ ਸਕਦਾ ਕਿ ਲੋਕਾਂ ਨੂੰ ਕੀ ਚੰਗਾ ਲੱਗਦਾ ਹੈ ਤੇ ਕੀ ਨਹੀਂ ਚੰਗਾ ਲੱਗਦਾ ਜੋ ਚੰਗਾ ਲੱਗਦਾ ਮੈਂ ਉਹ ਹੀ ਕਰਾਂ ਲੋਕਾਂ ਨੂੰ ਜੋ ਚੰਗਾ ਨਹੀਂ ਲੱਗਦਾ ਤੇ ਮੈਂ ਉਹ ਨਾ ਕਰਾਂ ਠੀਕ ਹੈ ਨਾ ਹੁਣ ਲੋਕਾਂ ਨੂੰ ਤੇ ਮੇਰੀਆਂ ਆਹ ਵੀਡੀਓਜ਼ ਜਿਹੜੀਆਂ ਗੁਰਮਤ ਦੀਆਂ ਵੀਡੀਓਜ਼ ਨੇ ਇਹ ਵੀ ਬਹੁਤਿਆਂ ਨੂੰ ਚੰਗੀਆਂ ਨਹੀਂ ਲੱਗਦੀਆਂ ਤੇ ਕੀ ਹੁਣ ਬੰਦ ਕਰਦੇ ਆ ਬਣਾਣੀਆਂ ਠੀਕ ਹੈ ਨਾ ਇੱਥੇ ਮੇਰੀ ਆਪਣੀ ਮਰਜ਼ੀ ਹੈ ਮੈਂ ਜੋ ਮਰਜ਼ੀ ਕਰਾਂ ਸੋ ਮੇਰੇ ਅੰਦਰ ਇਹ ਥਾਟ ਆਇਆ ਸੀਗਾ ਕਿ ਮੈਂ ਆਪਣਾ ਵਲੋਗਿੰਗ ਚੈਨਲ ਸ਼ੁਰੂ ਕਰਾਂ ਤਾਂ ਮੈਂ ਆਪਣਾ ਵਲੋਗਿੰਗ ਚੈਨਲ ਜਿਹੜਾ ਹੈ ਉਹ ਸ਼ੁਰੂ ਕੀਤਾ ਸੋ ਜਾਓ ਜਾ ਕੇ ਵੇਖੋ ਵੀਡੀਓਜ਼ ਜੇ ਤੁਹਾਨੂੰ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤੇ ਫਿਰ ਕਵਾਂਗਾ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੇ ਜੇ ਅੱਜ ਵਾਲੀ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤੇ ਫਿਰ ਉਹੀ ਬੇਨਤੀ ਰਿਪੀਟ ਕਰਦਾ ਮੇਰੇ ਇਸ ਚੈਨਲ ਦੀ ਇਸ ਵੀਡੀਓ ਨੂੰ ਵੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿਹੋ ਜਿਹੀ ਲੱਗੀ ਅਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਬਾ ਦਿਓ 올 ਤੇ ਕਲਿੱਕ ਕਰਿਓ ਬਾਏ ਧੰਨਵਾਦ